ਰਾਸ਼ਨ ਵੰਡਿਆ, ਕਿੰਨੇ ਵੱਲੋਂ ਵੰਡਿਆ, ਕਿੰਨਾ ਰਾਸ਼ਨ ਵੰਡਿਆ ਦੱਸ ਦਿਓ ਜੀ। ਜਿਸ ਤਰ੍ਹਾਂ ਕਿ ਪੰਜਾਬ ਸਰਕਾਰ ਵੱਲੋਂ ਵੀ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਆ, ਅਤੇ ਮਾਣਯੋਗ ਐਸ ਏ ਪੀ ਸਾਹਿਬ ਸਰਦਾਰ ਮਨਜੀਤ ਸਿੰਘ ਸਿੱਧੂ ਸਾਹਿਬ ਦੀ ਰਹਿਨੁਮਾਈ ਹੇਠ ਜੋ ਪੰਜਾਬ ਪੁਲਿਸ ਦੀ ਸਾਡੀ ਟੀਮ ਹੈ ਉਹ ਵੀ ਦਿਨ ਰਾਤ ਆਪਣੀ ਸੇਵਾ ਨਿਭਾ ਰਹੀ ਹੈ। ਔਰ ਜੋ ਕਿ ਇਹ ਜਨਹਿਤ ਸੰਮਤੀ ਜੋ ਇਹਨਾਂ ਦੀ ਟੀਮ ਹੈ, ਮੈਂ ਇਹਨਾਂ ਦਾ ਬਹੁਤ ਹੀ ਧੰਨਵਾਦ ਕਰਦਾ, ਕੋਟ ਕੋਟ ਧੰਨਵਾਦ ਕਰਦਾ ਕਿ ਜਿਸ ਤਰ੍ਹਾਂ ਕਿ ਇਹਨਾਂ ਨੇ ਅੱਜ ਜਿਸ ਤਰ੍ਹਾਂ ਕਈ ਮੁਹੱਲਿਆਂ ਦੇ ਵਿੱਚ ਜਿਹੜਾ ਪਹਿਲਾਂ ਅਸੀਂ ਲਿਸਟ ਬਣਾਈ ਜਾਂਦੀ ਕਿ ਜਿਹੜਾ ਵਾਕਿਆ ਜ਼ਰੂਰਤਮੰਦ ਵਿਅਕਤੀ ਆ ਉਹਨਾਂ ਨੂੰ ਰਾਸ਼ਨ ਜਿਹੜਾ ਪ੍ਰੋਵਾਈਡ ਕੀਤਾ ਜਾਂਦਾ ਰੋਜ਼ਾਨਾ ਹੀ, ਔਰ ਸਮਾਜ ਦੇ ਵਿੱਚ ਹੋਰ ਵੀ ਕਿਸੇ ਤਰ੍ਹਾਂ ਦੀ ਜ਼ਰੂਰਤ ਪੈਂਦੀ ਹੈ, ਜਿਸ ਤਰ੍ਹਾਂ ਕਿ ਐਂਬੂਲੈਂਸ ਹੋ ਗਈ ਜਾਂ ਹੋਰ ਕੋਈ ਖੂਨਦਾਨ ਕੈਂਪ ਲਗਾਉਣਾ ਜਾਂ ਕੋਈ ਸਪੋਰਟਸ ਦਾ ਇਵੈਂਟ, ਅਤੇ ਸਭ ਤੋਂ ਇਹ ਜਨਹਿਤ ਸੰਮਤੀ ਜਿਹੜੀ ਇਹਨਾਂ ਦੀ ਟੀਮ ਹੈ ਸਮੁੱਚੀ ਟੀਮ ਵੱਧ ਚੜ੍ਹ ਕੇ ਹਿੱਸਾ ਲੈਂਦੀ ਆ। ਸੋ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਆਪਾਂ ਵੀ ਜੋ ਪੰਜਾਬ ਸਰਕਾਰ ਵੱਲੋਂ ਗਾਈਡਲਾਈਨ ਦਿੱਤੀਆਂ, ਸੋ ਸਾਡੀ ਪੰਜਾਬ ਪੁਲਿਸ ਵੀ ਜੋ ਬੇਨਤੀ ਕਰਦੀ ਉਹਨੂੰ ਕਬੂਲ ਕਰਨਾ ਚਾਹੀਦਾ ਤਾਂ ਕਿ ਅਸੀਂ ਕੋਰੋਨਾ ਦੀ ਮਹਾਂਮਾਰੀ ਤੋਂ ਬਚ ਸਕੀਏ। ਸ਼ੋਰਟ 'ਚ ਦੱਸੋ, ਸ਼ੋਰਟ ਬਿਲਕੁਲ ਸ਼ੋਰਟ 'ਚ, ਰਾਸ਼ਨ ਕਿੰਨਾ ਦਿਨ ਹੈ, ਕਿੰਨਾ ਰਾਸ਼ਨ ਮਿਲਦਾ? ਅੱਜ ਸਾਡਾ 10ਵਾਂ ਜਾਂ 12ਵਾਂ ਦਿਨ ਹੈ ਜੀ, 12ਵਾਂ ਦਿਨ ਹੈ ਅਸੀਂ ਰਾਸ਼ਨ ਵੰਡ ਰਹੇ ਹਾਂ। ਔਰ ਜਿਵੇਂ ਮਹਾਂਮਾਰੀ ਚੱਲ ਰਹੀ ਹੈ, ਠੀਕ ਹੈ ਸਰਕਾਰ ਵੀ ਕਾਫੀ ਕੰਮ ਕਰ ਰਹੀ ਹੈ, ਵੀਰਿਆ ਕਰਵਾ ਰਹੀ ਹੈ ਹੁਣ ਕਈ ਦਿਨਾਂ ਤੋਂ, ਪਰ ਕੁਛ ਐਸੇ ਇਲਾਕੇ ਹੈ ਕੁਛ ਜਿਨ੍ਹਾਂ ਜਿਹੜੇ ਸਰਕਾਰ ਦੀ ਨਿਗਾਹ 'ਚ ਨਹੀਂ ਪੈਂਦੇ ਜਾਂ ਉੱਥੇ ਨਹੀਂ ਪਹੁੰਚ ਸਕਦੀ ਸਰਕਾਰ, ਉਹਨਾਂ ਦੀ ਗੱਡੀਆਂ ਨਹੀਂ ਪਹੁੰਚ ਸਕਦੀਆਂ, ਉੱਥੇ ਸਾਡੇ ਕੋਲ ਜੋ ਰਿਪੋਰਟ ਆਉਂਦੀ ਹੈ ਜਾਂ ਸਾਨੂੰ ਫੋਨ ਆਉਂਦੇ ਆ ਲੋਕਾਂ ਦੇ, ਅਸੀਂ ਉਹਦੇ ਅਕੋਰਡਿੰਗ ਫਿਰ ਵੈਰੀਫਿਕੇਸ਼ਨ ਕਰਕੇ ਅਤੇ ਉੱਥੇ ਜਾ ਕੇ ਉਹਨਾਂ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਾਉਂਦੇ। ਅੱਜ ਅਸੀਂ ਧੀਰੂ ਕੀ ਮਾਜਰੀ ਦੇ ਵਿਧਵਾ ਔਰਤਾਂ ਆਈ ਹੋਈ ਸੀ, ਉਹਨਾਂ ਨੂੰ ਅਸੀਂ ਰਾਸ਼ਨ ਦਿੱਤਾ। ਠੀਕ ਹੈ ਜੀ। ਮੇਰਾ ਵਿਨੋਦ ਸ਼ਰਮਾ ਜਨੀ ਸੰਮਤੀ ਤੋਂ ਅਸੀਂ ਹਾਂ, ਅਸੀਂ 12ਵਾਂ ਦਿਨ ਅਸੀਂ 100 ਫੈਮਲੀਆਂ ਜਿੱਥੇ ਜਿਹੜੇ ਬੜੇ ਜ਼ਰੂਰਤਮੰਦ ਲੋਕ ਹੈ ਜਿਹੜੇ ਸਾਨੂੰ ਟੈਲੀਫੋਨ ਕਰਦੇ ਨੇ ਸਾਡੇ ਕੋਲ ਰਾਸ਼ਨ ਨਹੀਂ ਆ, ਅਸੀਂ ਉਹਨਾਂ ਨੂੰ ਰਾਸ਼ਨ ਵੰਡ ਰਹੇ ਹਾਂ। ਪਹਿਲੇ ਅਸੀਂ ਢਿੱਲੋ ਕਲੋਨੀ ਵੰਡਿਆ ਰਾਸ਼ਨ, ਹੁਣ 6 ਲਗੇ ਧੀਰੂ ਦੀ ਮਾਜਰੀ, ਸਰਹੰਦ ਰੋਡ 'ਤੇ ਥੇੜੀ, ਅਤੇ ਜਿੱਥੇ ਵੀ ਸਾਨੂੰ ਕਾਲ ਆਏ ਹੈ ਐਸ ਸੀ ਨਗਰ, ਉਹਨਾਂ ਫੈਮਲੀਆਂ ਨੂੰ ਜਿਹੜੀਆਂ ਬੜੀਆਂ ਜ਼ਰੂਰਤਮੰਦ ਫੈਮਲੀਆਂ ਜਿਨ੍ਹਾਂ ਕੋਲ ਰਾਸ਼ਨ ਨਹੀਂ ਪਹੁੰਚਿਆ ਕਿਸੇ ਕਿਸੇ। ਕਦੋਂ ਕੁ ਜਾਰੀ ਰਹੋ ਤੁਹਾਡਾ? ਅਸੀਂ ਨੈਕਸਟ ਕੋਸ਼ਿਸ਼ ਕਰਾਂਗੇ, 2-4 ਦਿਨ ਦੇ ਸਾਨੂੰ ਡੋਨੇਸ਼ਨ ਮਿਲ ਗਈ, ਸਾਡੀ ਕੋਸ਼ਿਸ਼ ਆ ਜਿਹੜੇ ਸਾਨੂੰ ਪੈਸੇ ਡੋਨੇਟ ਹੁੰਦੇ ਹਾਂ ਅਸੀਂ ਅੱਗੇ ਅੱਗੇ ਰਾਸ਼ਨ ਵੰਡੀ ਜਾਈਏ, ਸਾਡੀ ਦਿਲੋਂ ਇੱਛਾ। ਅਤੇ ਮੈਂ ਇਹ ਰਿਕੁਐਸਟ ਕਰਾਂਗਾ ਆਪਣੇ ਡੋਨਰਾਂ ਨੂੰ ਵੀ ਸਾਨੂੰ ਜਿੰਨੀ ਤੁਸੀਂ ਡੋਨੇਟ ਕਰੋਗੇ ਜਾਂ ਸਾਡੇ ਕੋਈ ਮੈਂਬਰ ਬਣੋਗੇ, ਉਹਨਾਂ ਹੀ ਪੈਸਾ ਜ਼ਰੂਰਤਮੰਦ ਫੈਮਲੀਆਂ ਨੂੰ।